ਹਾਂਜੀ ਬਾਰੇ ਵਿਦਿਆਰਥੀਓ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਬੇਟਾ ਜਮਾਤ 9ਵੀਂ ਦੇ ਲਈ ਸਮਾਜਿਕ ਸਿੱਖਿਆ ਭਾਗ ਦੀ ਜਿਹੜੀ ਤੁਹਾਡੀ CEPE ਨਾਲ ਰਿਲੇਟਡ ਹੈ ਸ਼ੀਟ ਨੰਬਰ 13 ਆਈ ਹੈਗੀ ਉਸ ਨੂੰ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਤੁਸੀਂ ਸਹੀ ਉੱਤਰਾਂ ਦੇ ਜਿਹੜੇ ਟਿਕ ਮਾਰਕ ਕੀਤੀ ਹੈਗੀ ਉਹਨਾਂ ਨੂੰ ਨੋਟ ਕਰ ਲਿਓ ਕਿਹੜੇ-ਕਿਹੜੇ ਪ੍ਰਸ਼ਨਾਂ ਦੇ ਸਹੀ ਉੱਤਰ ਨੇ ਨੂੰ ਤੁਸੀਂ ਨੋਟ ਕਰਕੇ ਯਾਦ ਕਰ ਲਿਓ ਇਹਦੇ ਵਿੱਚ 20 ਕੁਐਸਚਨ ਨੇ ਬੇਟਾ ਇਸ ਸ਼ੀਟ ਦੇ ਵਿੱਚ ਆਜੋ ਇੱਕ ਇੱਕ ਕਰਕੇ ਕਰਦੇ ਆਪਾਂ ਪਹਿਲਾ ਕੁਐਸਚਨ ਹੈ ਉਹ ਕਿਹੜੇ ਜੰਗਲ ਹਨ ਜੋ ਦਰਿਆਵਾਂ ਦੇ ਡੈਲਟਿਆਂ ਦੇ ਇਲਾਕੇ ਵਿੱਚ ਅਤੇ ਸਮੁੰਦਰੀ ਤੱਟਾਂ ਦੇ ਨਾਲ-ਨਾਲ ਮਿਲਦੇ ਹਨ ਜਿੱਥੇ ਜਵਾਰ-ਪਟਿਆਂ ਦਾ ਪ੍ਰਭਾਵ ਵੀ ਪੈਂਦਾ ਹੈਗਾ ਹਾਂਜੀ ਇਹਨੂੰ ਜਵਾਰੀ ਜਾਂ ਮੈਂਗਰੋਵ ਜੰਗਲ ਕਿਹਾ ਜਾਂਦਾ ਹੈਗਾ ਪ੍ਰਸ਼ਨ ਨੰਬਰ 2 ਜਿਨ੍ਹਾਂ ਰੁੱਖਾਂ ਦੇ ਸਾਰੇ ਪੱਤੇ ਇਕੱਠੇ ਨਹੀਂ ਝੜਦੇ ਅਜਿਹੀ ਬਨਸਪਤੀ ਦੇ ਰੁੱਖ ਸਾਰਾ ਸਾਲ ਹਰੇ ਭਰੇ ਨਜ਼ਰ ਆਉਂਦੇ ਹਨ ਜ਼ਿਆਦਾਤਰ ਇਹਨਾਂ ਜੰਗਲਾਂ ਵਿੱਚ ਮਹੋਗਨੀ, ਐਬਨੀ, ਰੋਜ਼ਵੁੱਡ, ਟਾਲੀ, ਬਾਂਸ, ਰਬੜ, ਸਿਨਕੋਨਾ ਤੇ ਮੈਗਨੋਲੀਆ ਵਰਗੇ ਦਰਖਤ ਪਾਈ ਜਾਂਦੇ ਹਨ। ਦੱਸੋ ਇਹ ਜੰਗਲਾਂ ਦੀ ਕਿਹੜੀ ਕਿਸਮ ਹੈ ਜੀ ਬੇਟਾ? ਇਹ ਹੈਗੇ Oشن ਸਦਾਬਹਾਰ ਜੰਗਲ। ਅਗਲਾ ਪ੍ਰਸ਼ਨ ਹੈ ਮਨੁੱਖ ਨੇ ਪਹਾੜਾਂ ਵਿੱਚ ਉਹਦੀਆਂ ਸੁਰੰਗਾਂ ਬਣਾ ਕੇ ਨੈਰਾ ਰਾਹੀ ਜਹਾਜ਼ਰਾਨੀ ਖਣਿਜ ਪਦਾਰਥਾਂ ਦਾ ਉਤਪਾਦਨ ਕਰਕੇ ਅਤੇ ਉਦਯੋਗਿਕ ਕੇਂਦਰ ਬਣਾ ਕੇ ਕੁਦਰਤੀ ਸ਼ਕਤੀਆਂ 'ਤੇ ਕਾਬੂ ਪਾਇਆਗਾ। ਮਨੁੱਖ ਦੇ ਇਸ ਉਦਮ ਸਦਕਾ ਸਾਰਾ ਸੰਸਾਰ ਇੱਕ ਕੀ ਬਣ ਗਿਆ ਬੇਟਾ? ਗਲੋਬਲ ਪਿੰਡ ਬਣ ਗਿਆ। ਆਪਸ ਵਿੱਚ ਜੁੜ ਗਿਆਗਾ ਅਸੀਂ ਸਾਰੇ ਜਾਣਦੇ ਹਾਂ ਕਿ ਨਦੀਆਂ ਜਿੱਥੇ ਪਾਣੀ ਦਾ ਇੱਕ ਮਹੱਤਵਪੂਰਨ ਸੋਮਾ ਹਨ ਉੱਥੇ ਮਿੱਟੀ ਦੇ ਨਿਰਮਾਣ ਵਿੱਚ ਵੀ ਇਹ ਲਾਭ ਦਾ ਇੱਕ ਸਾਹ ਹਨ ਦੱਸੋ ਕਿ ਨਦੀ ਘਾਟੀਆਂ ਤੇ ਡੈਲਟਿਆਂ ਵਿੱਚ ਕਿਸ ਪ੍ਰਕਾਰ ਦੀ ਮਿੱਟੀ ਮਿਲਦੀ ਹੈ ਬੇਟਾ ਜਲੌੜ ਮਿੱਟੀ ਪ੍ਰਸ਼ਨ ਨੰਬਰ 5 ਅਸੀਂ ਸਾਰੇ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਰਹਿੰਦੇ ਹਾਂ ਜਿੱਥੇ ਸਾਡੀਆਂ ਰੋਜ਼ਾਨਾ ਜੀਵਨ ਦੀਆਂ ਲੋੜਾਂ ਦੀ ਪੂਰਤੀ ਜ਼ਰੂਰੀ ਸਹੂਲਤਾਂ ਦੇ ਵਿਕਾਸ ਕਰਨ ਲਈ ਕਿਸੇ ਸੰਸਥਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਲਈ ਅਸੀਂ ਆਪਣੇ ਖੇਤਰ ਦਾ ਪ੍ਰਬੰਧ ਚਲਾਉਣ ਲਈ ਆਪਣੇ ਵਿੱਚੋਂ ਹੀ ਕੁਝ ਪ੍ਰਤੀਨਿਧ ਚੁਣ ਲੈਂਦੇ ਆ ਅਜਿਹੇ ਪ੍ਰਤੀਨਿਧਾਂ ਦੁਆਰਾ ਸਾਡੇ ਪਿੰਡ ਜਾਂ ਸ਼ਹਿਰ ਦਾ ਪ੍ਰਸ਼ਾਸਨ ਚਲਾਇਆ ਜਾਂਦਾਗਾ ਦੱਸੋ ਇਸ ਨੂੰ ਕੀ ਕਹਿੰਦੇ ਨੇ ਹਾਂ ਜਿਹਨੂੰ ਕਹਿੰਦੇ ਨੇ ਬਟਾ ਸਥਾਨਕ ਸਰਕਾਰ ਹੇਠ ਲਿਖਿਆਂ ਵਿੱਚੋਂ ਕਿਹੜੇ ਕੰਮ ਪਿੰਡ ਦੀ ਪੰਚਾਇਤ ਦੁਆਰਾ ਕੀਤੇ ਜਾਂਦੇ ਨੇ ਹਾਂ ਜੀ ਬਟਾ ਸਫਾਈ ਪੀਣ ਵਾਲੇ ਪਾਣੀ ਜਨਮ ਮੌਤ ਦਾ ਪੰਜੀਕਰਨ ਦੇ ਗਲੀਆਂ ਵਿੱਚ ਸਫਾਈ ਅਤੇ ਰੋਸ਼ਨੀ ਦਾ ਪ੍ਰਬੰਧ ਪਹਿਲਾ ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਭਾਰਤੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕੀਤਾ ਤਾਂ ਮਹਾਤਮਾ ਗਾਂਧੀ ਜੀ ਨੇ ਅੰਗਰੇਜ਼ਾਂ ਵਿਰੁੱਧ ਹੇਟ ਲਿਖਿਆਂ ਵਿੱਚੋਂ ਕਿਹੜਾ ਅੰਦੋਲਨ ਸ਼ੁਰੂ ਕੀਤਾ ਜੀ ਇਸੇ ਬਟਾ ਨਾਮ ਮਿਲਵਰਤਨ ਅੰਦੋਲਨ ਹੇਟ ਦਿੱਤੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੋ ਅਤੇ ਦੱਸੋ ਕਿ ਗਾਂਧੀ ਜੀ ਦੁਆਰਾ ਚਲਾਏ ਗਏ ਕਿਸ ਅੰਦੋਲਨ ਨਾਲ ਸੰਬੰਧ ਰੱਖਦੀਆਂ ਨੇ 12 ਮਾਰਚ 1930 ਨੂੰ ਗਾਂਧੀ ਜੀ ਨੇ ਸਾਬਰਮਤੀ ਆਸ਼ਰਮ ਤੋਂ ਡਾਂਡੀ ਵੱਲ ਪੈਦਲ ਯਾਤਰਾ ਸ਼ੁਰੂ ਕੀਤੀ ਗਾਂਧੀ ਜੀ ਨੇ ਅਰਬ ਸਾਗਰ ਦੇ ਕਿਨਾਰੇ ਡਾਂਡੀ ਪਿੰਡ ਵਿੱਚ ਸਮੁੰਦਰ ਦੇ ਖਾਰੇ ਪਾਣੀ ਤੋਂ ਨਮਕ ਤਿਆਰ ਕਰਕੇ ਨਮਕ ਕਲੂਨ ਦੇ ਕਾਨੂੰਨ ਦੀ ਉਲੰਘਣਾ ਕੀਤੀ। ਹਾਂਜੀ ਕਿਹੜਾ ਅੰਦੋਲਨ ਸੀ ਵੀ ਆਈ ਸੀ ਸਿਵਲ ਨਾ ਫਰਮਾਨੀ ਅੰਦੋਲਨ। ਉਹ ਕਿਹੜਾ ਮਹਾਨ ਨੇਤਾ ਸੀ ਜਿਸ ਨੇ ਰੋਲਟੈਕਟ ਦੀ ਨਿੰਦਾ ਨਾ ਅਪੀਲ ਨਾ ਦਲੀਲ ਨਾ ਵਕੀਲ ਕਹਿ ਕੇ ਕੀਤੀ ਪੰਡਿਤ ਮੋਤੀ ਲਾਲ ਨਹਿਰੂ। ਅਗਲਾ ਉਹ ਕਿਹੜੀ ਮਿੱਟੀ ਹੈ ਜੋ ਗਰਮ ਅਤੇ ਸਿੱਲੇ ਪ੍ਰਦੇਸ਼ਾਂ ਵਿੱਚ ਮਿਲਦੀ ਹੈ ਜਿੱਥੇ ਭਾਰੀ ਮੌਸਮੀ ਵਰਖਾ ਹੁੰਦੀ ਹੈ। ਇਹ ਮਿੱਟੀ ਖੇਤੀ ਲਈ ਬਹੁਤ ਉਪਜਾਊ ਨਹੀਂ ਹੁੰਦੀ। ਪਰੰਧੂਪਾਵਨਰ ਮਾਨ ਲਈ ਲਾਭਦਕ ਹੁੰਦੀ ਹੈ ਦੱਸੋ ਕਿਹੜੀ ਮਿੱਟੀ ਦੀ ਗੱਲ ਹੋ ਰਹੀ ਹੈ ਬੇਟਾ ਇਹ ਲੈਟ ਰਾਈਟ ਮਿੱਟੀ ਦੀ ਗੱਲ ਹੋ ਰਹੀ ਹੈਗੀ ਅਗਲਾ ਪ੍ਰਸ਼ਨ ਭਾਰਤ ਦੇ ਨਕਸ਼ੇ ਵਿੱਚ ਸਾਇਆਦਾਰ ਰਾਜ ਦੇ ਰਾਜਾਂ ਦੇ ਉੱਤਰੀ ਮੈਦਾਨਾਂ ਨੂੰ ਦਰਸਾਇਆ ਗਿਆ ਹੈਗਾ ਦੱਸੋ ਇੱਥੇ ਕਿਸ ਪ੍ਰਕਾਰ ਦੀ ਮਿੱਟੀ ਮਿਲਦੀ ਹੈ ਬੇਟਾ ਜਲੌਰ ਮਿੱਟੀ ਮਿਲਦੀ ਹੈ ਵੀ ਹੈਗਾ ਆਪਣਾ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਤੇ ਪੱਛਮੀ ਬੰਗਾਲ ਵਾਲਾ ਏਰੀਆ ਅਗਲਾ ਪ੍ਰਸ਼ਨ ਸੰਸਾਧਨਾਂ ਦੀ ਸੰਭਾਲ ਪ੍ਰਕਿਰਿਆ ਵਿੱਚ ਰਿਡਿਊਸ ਰੀਯੂਜ਼ ਰੀਸਾਈਕਲ 3R ਕਿਵੇਂ ਸਹਾਇਕ ਹੈ ਹਾਂਜੀ ਇਸ ਸਾਧਨਾਂ ਦੀ ਬਰਬਾਦੀ ਨੂੰ ਘੱਟ ਕਰਦੀ ਹੈਗੀ ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਭਾਰਤ ਦੇ ਵੱਖ-ਵੱਖ ਸੱਭਿਆਚਾਰ ਅਤੇ ਵਿਰਾਸਤ ਨੂੰ ਮਾਨਤਾ ਤੇ ਸੁਰੱਖਿਆ ਦੇ ਕੇ ਅਨੇਕਤਾ ਵਿੱਚ ਏਕਤਾ ਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਦੀ ਹੈ ਜੀ ਧਾਰਾ 51 A ਭਾਰਤ ਵਿੱਚ ਅਨੇਕਤਾ ਵਿੱਚ ਏਕਤਾ ਸ਼ਬਦ ਹੇਠ ਲਿਖਿਆਂ ਵਿੱਚੋਂ ਕਿਸ ਦੇ ਦੁਆਰਾ ਕਹੇ ਗਏ ਸੀ ਪੰਡਿਤ ਜਵਾਲਾਲ ਨਹਿਰੂ ਦੁਆਰਾ ਅਗਲਾ ਪ੍ਰਸ਼ਨ ਸੰਸਾਰ ਦੇ ਕਿਸ ਦੇਸ਼ ਨੂੰ ਉਦਯੋਗਿਕ ਕ੍ਰਾਂਤੀ ਦਾ ਜਨਮ ਸਥਾਨ ਮੰਨਿਆ ਜਾਂਦਾ ਬੇਟਾ ਇੰਗਲੈਂਡ ਨੂੰ ਹੇਟਲਿਕਿਆਂ ਵਿੱਚੋਂ ਕਿਹੜਾ ਕਾਰਨ ਸੰਸਾਰ ਵਿੱਚ ਉਦਯੋਗਿਕ ਕ੍ਰਾਂਤੀ ਦਾ ਨਹੀਂ ਸੀ ਹਾਂਜੀ ਨਹੀਂ ਸੀ ਪੁੱਛਿਆ ਬੇਟਾ ਪੇਂਡੂ ਖੇਤਾਂ ਵਿੱਚ ਹੁਨਰਮੰਦ ਮਜ਼ਦੂਰਾਂ ਦੀ ਬਹੁਤਾਤ ਅਗਲਾ ਪ੍ਰਸ਼ਨ ਪਾਈ ਚਾਰਟ ਦੇ ਆਧਾਰ ਤੇ ਦੱਸੋ ਕਿ ਪੜ੍ਹੇ ਲਿਖੇ ਮਰਦਾਂ ਦੀ ਪ੍ਰਤੀਸ਼ਤ ਕੁੱਲ ਪੜੀਆਂ ਲਿਖੀਆਂ ਔਰਤਾਂ ਨਾਲੋਂ ਕਿੰਨੇ ਪ੍ਰਤੀਸ਼ਤ ਵੱਧ ਹੈ ਠੀਕ ਹੈ ਕੁੱਲ ਜਨਸੰਖਿਆ 15 ਲੱਖ ਹੈ ਤਾਂ ਦੇਖੋ ਵੀ ਅਨਪੜਵਰਤਾਂ ਦੀ ਗਿਣਤੀ ਕਿੰਨੀ ਹੈਗੀ 8% ਠੀਕ ਹੈ ਪੜ੍ਹੇ ਲਿਖੇ ਮਰਦਾਂ ਦੀ 35% ਤਾਂ ਕਿੰਨੇ ਪਰਸੈਂਟ ਵੱਧ ਹੈ ਵੀ ਸੌਰੀ ਪੜੀਆਂ ਲਿਖੀਆਂ ਦੀ 33% ਹੈ ਪੜ੍ਹੇ ਲਿਖੇ ਮਰਦਾਂ ਦੀ 35% ਤਾਂ ਕਿੰਨੇ ਪਰਸੈਂਟ ਵੱਧ ਹੋ ਗਈ ਬਟਾ 2% ਕਿੱਤਰ ਵਿੱਚ ਕੀ ਦਰਸਾਇਆ ਗਿਆ ਹੈਗਾ ਹਾਂਜੀ ਕੀ ਹੈ ਬਟਾ ਇਹ ਵੀ ਇਹ ਇਹ ਜਲ ਚੱਕਰ ਹੈ ਬਟਾ ਅਗਲਾ ਪ੍ਰਸ਼ਨ ਦੇਖੋ ਕਿਹੜਾ ਕਾਰਕ ਮੁੱਖ ਤੌਰ ਤੇ ਭਾਰਤ ਵਿੱਚ ਖੇਤੀਬਾੜੀ ਦੇ ਖੇਤਰਾਂ ਦੀ ਵੰਡ ਨੂੰ ਨਿਰਧਾਰਿਤ ਕਰਦਾ ਹੈ ਹਾਂਜੀ ਇਹ ਬੇਟਾ ਜਲਵਾਯੂ ਅਗਲਾ ਪ੍ਰਸ਼ਨ ਭਾਰਤ ਦੇ ਉਸ ਰਾਜ ਦਾ ਨਾਮ ਦੱਸੋ ਜੋ ਚਾਵਲ ਪੈਦਾ ਕਰਨ ਵਿੱਚ ਸਭ ਤੋਂ ਮੋਹਰੀ ਹੈ ਹਾਂਜੀ ਇਹ ਹੈਗਾ ਬੇਟਾ ਪੱਛਮੀ ਬੰਗਾਲ ਤਾਂ ਇਹ 13ਵੀਂ ਸ਼ੀਟ ਸੀ ਬੇਟਾ ਇਸ ਨੂੰ ਵੀ ਤੁਸੀਂ ਅ ਧਿਆਨ ਨਾਲ ਲਿਖ ਲਿਓ ਯਾਦ ਕਰ ਲਿਓ ਇਸ ਤੋਂ ਬਾਅਦ ਬੇਟਾ ਆਪਾਂ ਜਿਹੜੇ ਤੁਹਾਡੇ ਪ੍ਰੈਕਟਿਸ ਟੈਸਟ ਹੋਏ ਨੇ ਹੁਣ ਤੋਂ ਲੈ ਕੇ ਅ ਪਿੱਛੇ ਤੱਕ ਮਤਲਬ 1 ਤੋਂ ਲੈ ਕੇ 6 ਤੱਕ ਸੀਪੀ ਟੈਸਟ ਹੋਏ ਨੇ ਉਹਨਾਂ ਦੀ ਵੀ ਵੀਡੀਓ ਵੀ ਆਪਾਂ ਜਲਦ ਤੁਹਾਡੇ ਲਈ ਲੈ ਕੇ ਆਵਾਂਗੇ ਉਹ ਵੀ ਤੁਸੀਂ ਨੋਟ ਕਰ ਲਿਓ ਠੀਕ ਹੈ ਜੇਕਰ ਤੁਹਾਡੇ ਕੋਲ ਪੇਪਰ ਨਹੀਂ ਤਾਂ ਉਹਦੇ ਵਿੱਚ ਸਹੀ ਉੱਤਰ ਟਿਕ ਕਰਕੇ ਉਹਨਾਂ ਨੂੰ ਯਾਦ ਕਰ ਲਿਓ ਠੀਕ ਹੈ ਬੇਟਾ ਓਕੇ ਥੈਂਕ ਯੂ